ਤੁਸੀਂ ਸਤਿਗੁਰ ਦੇ ਉਪਾਸ਼ਕ ਸੱਚੇ ਆਸ਼ਿਕ ਯੁਨੀ ਨਾ ਸਤਿਗੁਰ ਦੀ ਅੰਮ੍ਰਿਤਮਈ ਅਲਾਹੀ ਬਾਣੀ ਨੂੰ ਰਚਨਾ ਨੂੰ ਸਰਪਣ ਕਰਦੇ ਹੋ। ਮੇਰੇ ਵੱਲੋਂ ਆਪ ਸਭ ਨੂੰ ਜੈਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਦਿੱਤੇ ਹੋਏ ਫੈਸਲੇ ਅਨੁਸਾਰ ਸ਼ੁਰੂ ਕਰਦੇ ਹਾਂ। ਜੋ ਅਟਲ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ 'ਚ, ਢੂੰਡਤ ਡੋਲੇ ਅੰਧਗਤ ਔਰ ਚੀਨਤ ਨਹੀਂ ਸੰਤ, ਕਹਿਣਾ ਮਾਂ ਕਿਉਂ ਪਾਈਏ ਬਿਨ ਭਗਤੋ ਭਗਵੰਤ। ਹਰ ਸੁ ਹੀਰਾ ਛੱਡ ਕੇ ਕਹੇ ਅਨ ਕੀ ਆਸ, ਤੈ ਨਿਰਦੋਜਕ ਜਾਏਂਗੇ ਸਤ ਪਾਖੇ ਰਵਿਦਾਸ। ਕਬੀਰ, ਜੋ ਗਿਰੇ ਕਰੇ ਤੇ ਧਰਮ ਕਰ, ਨਹੀਂ ਤੇ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਬਡੋ ਭਾਗ। ਚੌਥੇ ਜਾਮੇ ਵਿੱਚ ਨਾਨਕ ਜੀ ਵੀ ਐਵੇਂ ਕਹਿੰਦੇ ਹਨ, ਬੜੀ ਸਖਤ ਭਾਸ਼ਾ ਦੀ ਵਰਤੋਂ ਕਰਦੇ ਹਨ, ਜੋ ਸਤਿਗੁਰਾਂ ਨੂੰ ਪਛਾਣਦੇ ਨਹੀਂ। ਸੰਤ ਜਣਾ ਬਿਨ ਭਾਈਆ, ਹਰ ਕਿਨੇ ਨਾ ਪਾਇਆ ਨਾਉ, ਵਿੱਚ ਹਉਮੇ ਕਰਮ ਕਮਾਉਂਦੇ ਜਿਉਂ ਵਿਸਵਾ ਪੁੱਤ ਨੈ ਨਾਉ। ਜਿਵੇਂ ਵਿਸਵਾ ਦੇ ਪੁੱਤ ਨੂੰ ਆਪਣੇ ਪਿਤਾ ਦਾ ਨਾਮ ਨਹੀਂ ਪਤਾ ਹੁੰਦਾ, ਮਾਤਾ ਦੱਸੇਗੀ ਤਾਂ ਪਤਾ ਚੱਲੇਗਾ। ਇਸੇ ਪ੍ਰਕਾਰ ਭਗਤ ਸਤਿਗੁਰੂ, ਸੰਤ ਸਤਿਗੁਰੂ ਸੂਝੀ ਕਰਵਾਏਗਾ ਤਾਂ ਪਤਾ ਲੱਗੇਗਾ ਬ੍ਰਹਮ ਕੀ ਆ, ਪਰਮਾਤਮਾ ਕੀ ਆ, ਪਰਮ ਤੱਤ ਕੀ ਆ, ਕਿਉਂਕਿ ਲੋਕ ਇਸ ਨੂੰ ਗੀਤ ਹੀ ਜਾਣਦੇ ਰਹੇ। ਸਤਿਗੁਰ ਨੇ ਸੂਝੀ ਕਰਵਾਈ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਸਾਧੂ ਮਿਲੇ ਸਿੱਧ ਪਾਈਏ, ਕਿ ਇਹ ਜੇ ਯੋਗ ਕੇ ਭੋਗ ਦੋ ਮਿਲ ਕਾਰਜ ਉਪਜੇ ਰਾਮ ਨਾਮ ਸੰਜੋਗ। ਇਕੱਲੇ ਨੂੰ ਪਤਾ ਨਹੀਂ ਲੱਗਦਾ ਹੈਗਾ, ਇਕੱਲੇ ਨੂੰ ਕਿਉਂ ਨਹੀਂ ਪਤਾ ਲੱਗਦਾ, ਕਿਉਂਕਿ ਇੱਕ ਇੱਕ ਹੀ ਹੁੰਦਾ। ਸਾਹਿਬ ਸਤਿਗੁਰੂ ਦਾਸ ਜੀਓ, ਸਾਧੂ ਸਾਧਕ ਅਮਨ ਸ਼ਾਂਤੀ ਪ੍ਰੇਮ ਭਗਤੀ ਪਰਮਾਤਮਾ ਦੇ ਪ੍ਰਤੀਕ ਸੱਚੇ ਪਾਤਸ਼ਾਹ ਸਤਿਗੁਰੂ ਨਾਮਦੇਵ, ਸਤਿਗੁਰੂ ਕਬੀਰ ਜੀਓ ਪ੍ਰਥਾਏ ਸੁੱਝੀ ਕਰਵਾ ਰਹੇ ਨੇ, ਧਿਆਨ ਜਗਾ ਰਹੇ ਨੇ ਕਿ ਹਰ ਹਰ ਸਹਾਰੇ ਕਿਵੇਂ ਸਤਪੁਰਸ਼ਾਂ ਨੇ ਸੰਸਾਰ 'ਤੇ ਵਿਜੇ ਪ੍ਰਾਪਤ ਪਾਈ। ਉਲਟ ਵਿਚਾਰ, ਪਸ਼ੂ ਜਗਤ ਵਿੱਚ ਜੋ ਪ੍ਰਦੂਸ਼ਣ ਫੈਲਿਆ ਹੋਇਆ ਸੀ, ਊਚ ਨੀਚ ਦਾ ਪ੍ਰਦੂਸ਼ਣ ਜੋ ਫੈਲਾਇਆ ਜਾ ਰਿਹਾ ਸੀ ਮਨੁ ਪੁੱਤਰਾਂ ਵੱਲੋਂ, ਪੰਡਿਆਂ ਦੀ ਅੰਸ਼ ਵੰਸ਼ ਵੱਲੋਂ, ਕਿਵੇਂ ਇਹ ਕਠਿਨ ਝੂਠੀਆਂ ਨੂੰ ਸਰਵ ਕਰਦੇ ਨੇ ਸਤਿਗੁਰੂ। ਸਤਿਗੁਰੂ ਉਹਨਾਂ ਦੀ ਗਾਥਾ ਬਿਆਨ ਕਰਨਗੇ। ਸਾਹਿਬ ਸਤਿਗੁਰੂ ਰਵਿਦਾਸ ਜੀਓ, ਸਾਹਿਬ ਸਤਿਗੁਰੂ ਨਾਮਦੇਵ ਜੀਓ, ਸਾਹਿਬ ਸਤਿਗੁਰੂ ਕਬੀਰ ਜੀਓ, ਬ੍ਰਹਮ ਗਿਆਨ ਦੀ ਅੰਮ੍ਰਿਤ ਧਾਰਾ ਗੰਗਾ ਬਹਾ ਰਹੇ ਨੇ, ਉੱਤਮ ਧਿਆਨ ਦੀ ਖਾਣ 'ਚ ਹੀਰੇ ਪ੍ਰਗਟ ਕਰਦੇ ਹਨ। ਵਿਰਲੇ ਹਨ ਜਿਨ੍ਹਾਂ ਨੇ ਖਾਣ ਲੱਗੀ ਹੈ, ਅੰਨੇ ਬਿਲਕੁਲ ਉਹ ਵੀ ਲੰਘ ਜਾਣਗੇ, ਉਹ ਵੀ ਤੁਹਾਨੂੰ ਦਿਖਾਈ ਨਹੀਂ ਪਏਗਾ, ਕਿਉਂਕਿ ਤੁਹਾਡੀ ਸਾਡੀ ਨਜ਼ਰ ਤਾਂ ਉਸੇ ਧਨ 'ਤੇ ਲੱਗੀ ਹੋਈ ਆ ਦੁਨਿਆਵੀ 'ਤੇ। ਲੇਕਿਨ ਸੰਸਾਰ ਬਾਹਰੀਆਂ ਖਾਣਾਂ ਵਿੱਚ ਹੀਰੇ ਲਾਲ ਮਾਣਕ ਮੋਤੀ ਲੱਭਦੇ ਹਨ, ਗੁਪਤ ਧਨ ਦੀ ਤਾਂ ਦੁਨਿਆਵੀ ਲੋਕਾਂ ਨੂੰ ਕੋਈ ਖਬਰ ਨਹੀਂ ਹੈ। ਗਿਆਨਹੀਣ ਜਗਤ ਇਹਨਾਂ ਹੀਰੇ ਲਾਲ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ। ਗੁਪਤ ਹੀਰੇ ਮਾਣਕ ਮੋਤੀ ਲਾਲ ਪ੍ਰਗਟ ਕਰਦੇ ਹਨ, ਸੋਝੀ ਕਰਵਾਉਂਦੇ ਹਨ ਕਿ ਇਹਨਾਂ ਦੇ ਤੁਲ ਦੁਨਿਆਵੀ ਹੀਰੇ ਕੀ ਕਰੋੜਾਂ ਰਤਨ ਕੀਮਤ ਨਹੀਂ ਪਾ ਸਕਦੇ। ਜੋਰੀ ਜਾਣਦੇ ਨੇ ਕੀਮਤ, ਜਿਵੇਂ ਭਗਤ ਸਾਧੂ ਸਤਿਗੁਰੂ ਪ੍ਰੇਮ ਭਗਤੀ, ਸਤਿਗੁਰਾਂ ਦੀ ਸਿੱਖਿਆ ਮਾਣਕ ਮੋਤੀ ਹੈ, ਲਾਲ ਸੂਰਜ ਵਾਂਗ ਰੋਸ਼ਨ ਹੈ, ਸਾਨੂੰ ਅੰਗੀਕਾਰ ਕਰਵਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ, ਹਰ ਬੋਲੇ ਹਰ ਬੋਲ ਤੁਸੀਂ ਵੀ ਜਾਣ ਲਓ, ਪੂਰਾ ਲਾਭ ਮਿਲੇਗਾ। ਮਾਰਗ ਮੋਤੀ ਬੀਤਰੇ ਅੰਧਾ ਨਿਕਸੇ ਉਪਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਅਲੰਘੇ ਜਾਏ। ਕਬੀਰ, ਜੈਸੀ ਉਪਜੀ ਪੇੜ 'ਤੇ ਜੋ ਤੈਸੀ ਨਵੇ ਓੜ, ਹੀਰਾ ਕਿਸ ਦਾ ਵਾਪਰਾ ਬੂਝੇ ਨਾ ਰਤਨ ਕੋੜ। ਕਿਸੇ ਦੀ ਜੱਦੀ ਜਾਤ ਨਹੀਂ, ਪਰਮਾਤਮਾ ਆਪਣੇ ਬਾਪੇ ਨਹੀਂ, ਕਿਸ ਤੋਂ ਪਾਵਨ ਕੋ ਦਾ ਰਾਜਾ। ਕਬੀਰ ਥੁੰਨੀ ਪਾਈ ਥਿੱਤ ਪਈ, ਸਤਿਗੁਰ ਬੰਦੀ ਧੀ, ਕਬੀਰ ਹੀਰਾ ਬਣ ਗਿਆ ਮਾਨਸਰੋਵਰ ਧੀ। ਅਨੋਖੀ ਗੱਲ ਕਰਦੇ ਨੇ ਸਤਿਗੁਰ ਬੇਬੂਝ ਵਿਚਾਰਤ ਦੀ, ਆਰਾਮ ਪਦਾਰਥ ਪਾਇਕ ਹੈ, ਕਬੀਰਾਂ ਗਾਂਠ ਨਾ ਖੋ, ਨਹੀਂ ਪੱਟਣ ਨਹੀਂ ਪਾਰ ਕੋਈ ਨਹੀਂ ਗਾਹਕ ਨਹੀਂ ਹੋ। ਇੱਥੇ ਹੀਰਿਆਂ ਦੇ ਮੁੱਲ ਇਹਨਾਂ ਦਾ ਕੋਈ ਗਾਹਕ ਨਹੀਂ ਹੈਗਾ, ਰਤਨ ਪੰਨੇ ਮੋਤੀ ਲਾਲ ਇਹ ਅਲਾਹੀ ਅੰਮ੍ਰਿਤਮਈ ਉਪਦੇਸ਼ ਦਾ ਲਾਹਾ ਲੈਣ ਦਾ ਜੋ ਵੀ ਪ੍ਰਾਣੀ ਚਾਹਵਾਨ ਹੈ ਉਸੇ ਨੂੰ ਇਸ ਗਾਤ ਸਤਿਗੁਰੂ ਬਖਸ਼ਦੇ ਨੇ। ਕੋਈ ਪਾਰ ਕੋ ਪਰਖ ਲਏਗਾ, ਸਤ ਜੋ ਸਤਿਗੁਰੂ ਵਰਗਾ ਹੀ ਹੋਣਾ ਲੋਚਦਾ ਹੈ। ਪਸ਼ੂਆਂ ਵਾਂਗ ਜੋ ਪੇਟ ਭਰ ਕੇ ਖਾ ਪੀ ਕੇ ਸਮਾਂ ਬਿਤਾ ਛੱਡਦੇ ਨੇ, ਉਹਨਾਂ ਦੇ ਇਸ ਸੁਗਾਤ ਕਿਸ ਕੰਮ। ਸਤਿਗੁਰੂ ਧਿਆਨ ਨਿਗਾਰਨ ਸੱਚ ਪਾਤਸ਼ਾਹ
दीन वसारे उरे दीवाने दीन वसारे उरे पेट भरिया पछया जो सोया मनुख जन्म है हारे। आपस को दीर्घ कर जाने और उनको लग मात मानसा मानसा बाचा करमना मैं दिखे दोष जा पशु जब दोष को प्या होया। सदगुरु नामदेव जी सुजी करवाते हैं इन्हों लोगों बारे। पंडित होके वेद खाने पाए रे बकवाद लाया जिन हर पात निश पाया क्योंकि बिका ही संसार संसार प्यार नाल भरिया होया विख्या व्यापिया सगल संसार विख्या लै डूबी परवाह। परिवार सुने डूबे पे ने बाणी बार बार ही तुका रही है। सत सतगुरु दास जी अपनी इलाही रचना राही ध्यान जगा रहे हैं उन्होंने सतपुरशा का पक्षी जगत को सुजी करवा रहे हैं जो पहला ही परम धर्म परम परमात्मा में अभेद हुए हुए हैं। तो इस सतगुरु दास जी का 11वां शब्द है राग आसा दा आसा बाणी श्री रविदास जी की एक ओंकार सतगुर प्रसाद हर 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 हर, हर हरे हर सिमरत जन गए निस्तर करे रहाओ हर के नाम कबीर जग तन तन के काटे कर निमित नाम दे दूत प्यारा को जग जन संकट नहीं है जन रविदास राम रंग राता एवं गुर प्रसाद नरक नहीं जाता। सुहास सुहास हर नाम सिमरन नाल हरी दे दास सा संसार समुंदर तो पूर्ण तौर पर पार लंघ जाते हैं। हर नाम सिमरन की बरकत न सतगुरु कबीर जगत में प्रसिद्ध है तो उन्होंने जन्म जन्म में किए कर्मों के लेखे अलोप हो गए। हर सिमरन के कारण गोविंद राय ने दुध पिया से नाम जपया ही जगते कष्टों में नहीं आया। सतगुरु नाम दे हरि दा दास रविदास रघु दे राम मजीठ रंग में रंगया गया है। इसकी बरकत नाल सतगुरु मेर सदका सतगुरु दा आशीष सुधी करवाते हैं कि प्रेम में रंगया गया दुष्ट नहीं पाएगा कोई भी। हर नाम सिमरन की वडियाई दसी है सतगुरों ने कि जिन्हें सतपुरशा ने श्वास श्वास प्रभु ने याद रखा उन्होंने जगत में माया व्याप नहीं सकी। ये असूल हर नाम सिमरन का है सतगुरु सुजी करवाते हैं। प्रेम भगती सदका सतगुरु कबीर सतगुरु नाम देव जगत प्रसिद्ध हुए जिन्होंने प्रभु ने बस किया। सतगुरु नामदेव जी अपनी रचना में इं फरमाते हैं कि जगत पशु का ध्यान जगा रहे हैं मेरी बांध की भगत छिटाव है बांधे भगत न छूटे मोहे एक समय मोको गह बांधे तो उन मोह है जवाब ना हो। अपने छुटन का यत्न करो इस थोन बन गया है। सतगुरु नामदेव जी नामदेव जी होर फरमाते हैं सगल क्लेश नंदक प्या खेद नामे नारण नाही भेद। इस बाणी नूं नानक बाणी उत्तम कह रही है उत्तम बाणी भगत जना की पढ़ वे नाम दो ताकि आन सगल भगत जाचे इंसान। सारे भगत कहिंदे पूर्ण भगत जिहड़े ने उह प्रभु दी निशानी है। इस विच साफ सतगुरु करदे ने सतगुरु दास जी कि किसी मूर्ति नूं सतगुरु नाम ने दुध नहीं पिया दुध पियाण दे पिछों नामदेव नूं कोई भगति लग नहीं लगी। पहला ही पूर्ण भगत सन ते लोग उन्हां दे शिष्य नूं सतगुरु कहिंदे हन। स्वास और हर संबंधी ये बरकत है। परमात्मा ने फिर कौत किते सतगुरु नाम दे कई काम सवार के उसने जगत प्रसिद्धता जगत प्रसिद्धता मिली। सतगुरु कारण समझा रहे हैं किस कारण प्राप्ति होया ये हमें बख्शे का दिन सच्चे पातशाह। सतगुरु मिले तो सहसता जाए किस हम पूजो दूजा ना तो ना आई एक पात्र कीजे पाओ दूजे पात्र तरीके पाओ जे ओ देव तो वह भी देवा कह नाम दो हम हर की सेवा। हरि की सेवा सतगुरु ही सिखाता है भगत सतगुरु सिखाता है। ज्योति ज्योति समाने में गुरप्रसादी जाने गुरप्रसादी जानिया जन नामे